ਸਾਡੀਆਂ ਜ਼ਮੀਰਾਂ ਮਰ ਚੁੱਕੀਆਂ ਵਾ ਤੇਰਾ ਨਾਮ ਬੁਰੀ ਲੈਣਾ ਬੰਦੇ ਨੂੰ ਤੇ ਮੈਂ ਦੱਸ ਦਿੰਦਾ ਹੀ ਇੱਧਰ ਆ ਜਾ ਪਰਾਣਾ ਕਿਉਂਕਿ ਕਿਸੇ ਨੂੰ ਦੁੱਖ ਨਹੀਂ ਆ ਪੁੱਤ ਕਿਸੇ ਦਾ ਮਰਿਆ ਵਾ ਪਰ ਮੇਰੇ ਅੰਦਰ ਦਰਦ ਆ ਮੈਂ ਬੋਲਣਾ ਜੇ ਜਿਹੜਾ ਬੰਦੀ ਮੇਰੇ ਭਾਵੇਂ ਮੱਥੇ ਤਾਂ ਨਹੀਂ ਗੋਲੀ ਨਿਕਾ ਦੋ ਯਾਰ ਮੈਨੂੰ ਨਹੀਂ ਪਰਵਾਹ ਕੋਈ ਜੇ ਪਿੰਡ ਦੀਆਂ ਜ਼ਿੰਮੇਵਾਰੀਆਂ ਨਹੀਂ ਚੁੱਕ ਸਕਦੇ ਤੇ ਉਹਨਾਂ ਨੂੰ ਕਾਹਦੇ ਵਾਸਤੇ ਮੋਦਵਾਰ ਬਣਾਉਂਦੇ ਨੇ ਸਾਡੇ ਤੁਹਾਡੇ ਅੰਦਰ ਤੁਹਾਡੇ ਦਿਮਾਗਾਂ ਦੇ ਵਿੱਚ ਭੂਤ ਭਰਿਆ ਤੁਸੀਂ ਬੁੱਝ ਲੋਗੇ ਨੇ ਤੇਨੂੰ ਡੋਗਾ ਇਹ ਹਲ ਮੰਦੇ ਨੇ ਉਹ ਲਿਖਤੀ ਨਾਵੇਂ ਦੇ ਸਾਈਨ ਕੀਤੇ ਆ ਕਹਿੰਦਾ ਕਿ ਮੈਂ ਨਸ਼ੇ ਵਾਸਤੇ ਕੋਈ ਨਹੀਂ ਕਰ ਸਕਦਾ ਕਿਉਂਕਿ ਇੰਟਰਪੋਲ ਹੋ ਗਿਆ ਇੰਟਰਪੋਲ ਕਾਨੂੰਨ ਬੁੱਝ ਲੋਕਾਂ ਨੇ ਜਿੰਨਾ ਚਿਰ ਮੋਦਵਾਰ ਬਣਾਉਂਦੇ ਰਹੋਗੇ ਤੇ ਸਾਡੇ ਬੱਚਿਆਂ ਦਾ ਇਹੋ ਕੰਮ ਹੁੰਦਾ ਰਹੂਗਾ ਮੈਂ ਇਹਦੀ ਮਰੀ ਤੇ ਅੱਜ ਪ੍ਰਣ ਕਰਦਾ ਮੈਂ ਮਹੱਲੇ ਦਾ ਮੈਨੂੰ ਦੁੱਖ ਆ ਫਿਰ ਮਹੱਲੇ ਤੋਂ ਉੱਠ ਕੇ ਮੇਰਾ ਪਿੰਡ ਦਾ ਦੁੱਖ ਆ ਤੁਸੀਂ ਮੋਦਵਾਰ ਯਾਰ ਬਣਾਉਂਦੇ ਕਾਹਦੀ ਗੱਲੋਂ ਇਹਨੇ ਮੋਦਵਾਰ ਜੇ ਪਿੰਡ ਦੀਆਂ ਜ਼ਿੰਮੇਵਾਰੀਆਂ ਨਹੀਂ ਚੁੱਕ ਸਕਦੇ ਤੇ ਉਹਨਾਂ ਨੂੰ ਕਾਹਦੇ ਵਾਸਤੇ ਮੋਦਵਾਰ ਬਣਾਉਂਦੇ ਨੇ ਤੁਹਾਡੇ 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 ਦਿਮਾਗਾਂ ਦੇ ਵਿੱਚ ਭੂਤ ਭਰਿਆ ਤੁਸੀਂ ਬੁੱਝ ਲੋਗੇ ਨੇ ਤੇਨੂੰ ਡੋਗਾ ਤੁਹਾਨੂੰ ਮੈਂ ਦੱਸਾਂ ਇਹ ਇੱਕ ਮੰਗੋ ਨਹੀਂ ਇਹਦੇ ਮਗਰ ਮੰਗੋ ਹੋਰ ਜਾਣਗੇ ਇਹਦੇ ਤੁਸੀਂ ਤੁਹਾਡੇ ਤੁਸੀਂ ਭਲੇਖੇ ਦੇ ਵਿੱਚ ਜੇ ਮੇਰੇ ਦਿਲ ਦੇ ਵਿੱਚ ਮਾਲ ਮੈਂ ਪਾਦਰ ਨਾ ਖੁਲਾਇਆ ਕਿ ਮੇਰੇ ਲਾਂਬੂ ਨਹੀਂ ਲੈਣਾ ਬੰਦੇ ਨੂੰ ਤੇਨੂੰ ਮੈਂ ਦੱਸ ਦਿੰਦਾ ਹੀ ਇੱਧਰ ਆ ਜਾ ਪਰਾਂ ਹੁਣ ਮੈਂ ਤੇ ਮੇਰਾ ਆਟਾ ਪੁੜਾ ਗਿਆ ਕੋਈ ਨਾ ਕੋਈ ਵਾਰ ਭੇਜਿਆ ਸਰਪੰਚ ਇਹਨਕੋ ਮੈਂ ਲਿਖਤੀ ਨਾਵਾ ਲੈ ਗਿਆ ਪੁੱਛ ਲਓ ਭਾਵੇਂ ਮੂੰਹ ਤੇ ਇਹ ਹਲ ਮੰਦੇ ਨੇ ਉਹ ਲਿਖਤੀ ਨਾਵੇ ਦੇ ਸਾਈਨ ਕੀਤੇ ਆ ਕਹਿੰਦਾ ਕਿ ਮੈਂ ਨਸ਼ੇ ਵਾਸਤੇ ਕੋਈ ਨਹੀਂ ਕਰ ਸਕਦਾ ਕਿਉਂਕਿ ਇੰਟਰਪੋਲ ਹੋ ਗਿਆ ਰਿਪੋਰਟ ਲੋਕਾਂ ਨੂੰ ਤੁਸੀਂ ਆਪਣਾ ਮੋਦਵਾਰ ਬਣਾ ਦਿੰਦੇ ਰੇ ਬਣਾਉਂਦੇ ਕਿ ਨਹੀਂ ਬਣਾਉਂਦੇ ਬਣਾਉਂਦੇ ਤੁਸੀਂ ਇੰਟਰਪੋਲ ਲੋਕਾਂ ਨੂੰ ਬੁੱਝ ਲੋਕਾਂ ਨੇ ਜਿੰਨਾ ਚਿਰ ਮੋਦਵਾਰ ਬਣਾਉਂਦੇ ਰਹੋਗੇ ਤੇ ਸਾਡੇ ਬੱਚਿਆਂ ਦਾ ਇਹੋ ਕੰਮ ਹੁੰਦਾ ਰਹੂਗਾ ਜਿੰਨਾ ਚਿਰ ਤੁਸੀਂ ਉਹ ਬੰਦਾ ਤਾਰਾ ਵਾਲਾ ਨਹੀਂ ਬਣਾਉਂਦੇ ਜਿਹੜਾ ਆ ਕੇ ਜੁਰਤ ਨਾ ਕਹਿ ਸਕੇ ਵੀ ਤੁਸੀਂ ਨਸ਼ੇ ਤੋਂ ਮੈਂ ਵਿਰੋਧ ਕਰਦਾ ਇਹ ਲੋਕਾਂ ਨੇ ਬੇੜਾ ਕਰ ਕੀਤਾ ਕਿਉਂਕਿ ਇਹਨਾਂ ਨੇ ਖਾਣੀਆਂ ਗਰੰਟਾਂ ਇਹਨਾਂ ਨੂੰ ਆਪਣੀਆਂ ਗਰੰਟਾਂ ਤੱਕ ਮਗਵੜਿਆ ਇਹਨਾਂ ਨੂੰ ਕੇ ਪਿੰਡ ਦੇ ਮੋਹ ਕੇ ਦੇ ਧਰੇ ਬੱਚੇ ਨਾਲ ਕੋਈ ਮਤਲਬ ਨਹੀਂ ਆ ਜਿੰਨਾ ਚਿਰ ਤੁਹਾਡੇ ਤੁਸੀਂ ਤੁਸੀਂ ਮੁਰਦੇ ਜੇ ਇਹ ਮੁਰਦਾ ਤਾਂ ਤੁਸੀਂ ਮੁਰਦੇ ਮੁਰਦੇ ਆ ਜੇ ਮੁਰਦੇ ਨੂੰ ਨੂਣ ਠੀਕ ਹੈ ਨਾ ਤੁਹਾਡੀਆਂ ਜ਼ਮੀਰਾਂ ਮਰ ਚੁੱਕੀਆਂ ਵਾ ਪਿੰਡ ਦੇ ਵਿੱਚ ਇੰਨਾ ਨਸ਼ੇ ਦਾ ਪ੍ਰਕੋਪ ਆ ਪਹਿਲਾਂ ਕਿਸੇ ਨੇ ਡੱਕਿਆ ਮੈਂ ਇਕੱਲਾ ਆਵਾਜ਼ ਕਰੇ ਮੈਂ ਕੀ ਕਰ ਲੂੰਗਾ ਉੱਥੇ ਇੱਕ ਬੰਦਾ ਕੀ ਕਰ ਲੂ ਮੈਨੂੰ ਦੱਸੋ ਦੱਸੋ ਕੀ ਕਰ ਲੂਗਾ ਇੱਕ ਬੰਦਾ ਕਾਹੇ ਜੋਗਾ ਨਹੀਂ ਆ ਜਿੰਨਾ ਚਿਰ ਤੁਹਾਡਾ ਝੁੰਡ ਨਹੀਂ ਬਣਦਾ ਇਹ ਨਸ਼ੇ ਦਾ ਪ੍ਰਕੋਪ ਕਦੀ ਖਤਮ ਨਹੀਂ ਹੋ ਸਕਦਾ ਸਾਡੇ ਲਾਗੇ ਲੱਗਦਾ ਮੈਂ ਕਹਿੰਦਾ ਮੈਂ ਇਕੱਲਾ ਕੀ ਕਰੂੰ ਫਿਰ ਤੁਸੀਂ ਤੁਹਾਡੀਆਂ ਜ਼ਮੀਰਾਂ ਮਰੀਆਂ ਹੋਈਆਂ ਵਾ ਤੁਹਾਡੀਆਂ ਬੀਬੀਆਂ ਇੱਥੇ ਰੋਣ ਨਾ ਕੋਈ ਨਹੀਂ ਬਣਦਾ ਪਹਿਲੋ ਜੇ ਛਿੱਤਰ ਚੁੱਕ ਲਓ ਆਪਣੇ ਮੋਦ ਖਤਮ ਮਾਰਾ ਖਿਲਾਫ ਵੀ ਜਿਹੜੇ ਬੋਲਦੇ ਨਹੀਂ ਆ ਤੁਹਾਨੂੰ ਮੈਂ ਦੱਸਾਂ ਇਹ ਇੱਕ ਨਹੀਂ ਆ ਇਹ ਮਹੱਲੇ 'ਚ ਹੋ ਰਹੇ ਹੋਰ ਉੱਠਣੇ ਆਏ ਪਹਿਲਾ ਬੰਦਾ ਉੱਠਿਆ ਇਦਾਂ ਤਾਂ ਤੁਸੀਂ ਮੁਰਦੇ ਨੇ ਮੁਰਦਾ ਸਾਡਾ ਇਹ ਮੁਰਦੇ ਮਗਰ ਮੁਰਦੇ ਆ ਗਏ ਘਰ ਜਾ ਕੇ ਮਾਰਨਾ ਬਹਿਣਾ ਤੁਸੀਂ ਤੁਹਾਡੀਆਂ ਜ਼ਮੀਰਾਂ ਮਰੀਆਂ ਵਾ ਤੁਹਾਨੂੰ ਮੈਂ ਦੱਸਾਂ ਤੇ ਉੱਤੋਂ ਸਾਡੇ ਮੋਦਵਾਰਾਂ ਦੀ ਉਹਨਾਂ ਦਾ ਖਾਣਾ ਧਿਆਨ ਆ ਵੀ ਕਿਹੜੀ ਇੱਟਾਂ 'ਚੋਂ ਕਿਹੜੇ 2 ਰੁਪਏ ਵਿਚਾ ਲਈਏ ਅਸੀਂ ਪੱਲੇ ਕਰਤੂਤਾਂ ਨਹੀਂ ਰਹੀਆਂ ਇੱਥੇ ਨੌਜਵਾਨਾਂ ਦੀਆਂ ਲਾਸ਼ਾਂ ਉੱਡਦੀਆਂ ਰਹਿਣੀਆਂ ਵਾ ਜੇ ਅਸੀਂ ਸੂਝਵਾਨ ਆ ਅਸੀਂ ਨਹੀਂ ਕਰਦੇ ਨਸ਼ਾ ਤੇ ਇਹੋ ਜਿਹੇ ਜਿਹੜੇ ਗੁਮਰਾਹ ਹੋਏ ਬੱਚੇ ਆ ਜਿਨ੍ਹਾਂ ਨੂੰ ਅਜੇ ਦੀਨ ਦੁਨੀਆ ਦਾ ਪਤਾ ਹੀ ਨਹੀਂ ਆ ਤੇ ਉਹਨਾਂ ਪੈਣਾ ਨਸ਼ਿਆਂ ਦੇ ਵਿੱਚ ਜੇ ਤੁਹਾਡੇ ਤੇ ਮਾੜੀ ਮੋਟੀ ਜ਼ਮੀਰ ਜਾਗਦੀ ਹੈਗੀ ਨਾ ਤੇ ਮਾੜਾ ਮੋਟਾ ਪਿੰਡ ਦੀ ਗੱਲ ਕਰੋ ਇੱਥੇ ਰੋਣ ਆਏ ਪਿੱਟਣ ਆਏ ਦੇ ਮੁੜ ਕੇ ਪਿੱਟਣ ਦਾ ਕੀ ਫਾਇਦਾ ਵਾ ਨਸ਼ਾ ਬੰਦ ਕਰਾਉਣ ਵਾਸਤੇ ਤੁਰਨਾ ਤੁਸੀਂ ਸਾਥ ਦਿਓ ਕਹਿੰਦੇ ਸਾਡੇ ਵਾਸਤੇ ਦਾ ਰੋਗ ਨਹੀਂ ਆ ਜੇ ਤੁਹਾਡੇ ਵਾਸਤੇ ਦਾ ਰੋਗ ਨਹੀਂ ਆ ਤਾਂ ਫਿਰ ਮੋਦਵਾਰੀ ਕਾਹਦੇ ਵਾਸਤੇ ਲਈ ਆ ਤੁਸੀਂ ਫਿਰ ਮੇਰੇ ਮੂੰਹ ਚੋਂ ਗਾਣਾ ਇੱਥੇ ਪੂਰੀ ਬੀਬੀਆਂ ਖਲੋਤੀਆਂ ਮੇਰੇ ਬਰਦਾਸ਼ਤ ਦੀ ਹੱਦ ਮੁੱਕੀ ਪਈ ਆ ਕਿਉਂਕਿ ਕਿਸੇ ਨੂੰ ਦੁੱਖ ਨਹੀਂ ਆ ਪੁੱਤ ਕਿਸੇ ਦਾ ਮਰਿਆ ਵਾ ਪਰ ਮੇਰੇ ਅੰਦਰ ਦਰਦ ਆ ਮੈਂ ਬੋਲਣਾ ਜੇ ਜਿਹੜਾ ਬੰਦੀ ਮੇਰੇ ਭਾਵੇਂ ਮੱਥੇ ਤਾਂ ਨਹੀਂ ਗੋਲੀ ਨਿਕਾ ਦੋ ਯਾਰ ਮੈਨੂੰ ਨਹੀਂ ਪਰਵਾਹ ਕੋਈ ਇਹਦੀ ਮੈਂ ਅਗਲਾ ਮੰਗੋ ਨਹੀਂ ਜਾਣ ਦੇਣਾ ਬਸ ਗੱਲ ਮੁੱਕੀ ਝਗੜਾ ਪਾਰ ਪਿਆ।